ਚੋਰ ਹੈ ਹਰਾ ਉਲਟਾ ਪਈ ਜਿਹੜਾ ਬਾਕੀ ਜਿਹੜੇ ਪੈਸੇ ਗਏ ਹੁੰਦੇ ਪਤਾ ਉਹਨੂੰ ਪਰ ਉਹਨੂੰ ਅੰਕਲ ਅੰਕਲ ਜੀ ਅੰਕਲ ਜੀ ਮੈਨੂੰ ਨੰਗਾ ਕਰ ਦੋ ਕੀ ਮਾਮਲਾ ਜਿਹੜੀ ਦਰਖਾਸਤ ਹੈ ਟ੍ਰਾਂਸਫਰ ਕਰਾਏ ਉਹਨਾਂ ਨੇ ਪੈਸੇ ਦਿੱਲੀ ਤੋਂ ਆਇਆ ਮੁੰਡਾ ਜਿਹੜਾ ਕੀ ਮਾਮਲਾ ਥੋੜਾ ਜਿਹਾ ਤੁਸੀਂ ਦੱਸ ਦਿਓ ਭਾਜੀ ਉਹ ਆਇਆ ਵਾ ਪੁੱਛਣ ਡਏ ਆ ਜੋ ਹੁੰਦਾ ਉਹ ਕਰਾਂਗੇ ਪੁੱਛਦੇ ਲਈਏ ਕਿਹਨੇ ਪੈਸੇ ਟ੍ਰਾਂਸਫਰ ਕਰਾਏ ਆ ਕਿਹਦੇ ਕੋਲੋਂ ਕਰਵਾਏ ਆ ਸਭ ਕੁਝ ਦਰਖਾਸਤ ਲਿਖਿਆ ਦਾ ਜੀ ਦੋ ਲਾਈਨਾਂ ਪਾਈਆਂ ਉਹਨੇ ਤੇ 10000 ਰੁਪਏ ਦਾ ਇਲੈਕਟ੍ਰਿਕ ਜੀ ਸਰਦਾ ਬੰਦਾ ਤੁਹਾਨੂੰ ਸਾਹਮਣੇ ਬੈਠਾ ਦੱਸ ਦਿਓ ਸਰ ਥੋੜਾ ਜਿਹਾ ਦੱਸ ਦਿਓ ਕੰਪਲੇਂਟ ਦਿੱਤੀ ਉਹਦੀ ਕੰਪਲੇਂਟ ਦਿੱਤੀ ਕੰਪਲੇਂਟ ਕਰਨੇ ਉਹਦੀ ਤਫਤੀਸ਼ ਕਰਨੇ ਆ ਜੋ ਸਾਹਮਣੇ ਆਊਗਾ ਉਹ ਕਾਰਵਾਈ ਕਰਾਂਗੇ ਕਿਹੜੇ ਨਾਂ ਦੇ ਵਿਅਕਤੀ ਨੇ ਤੁਹਾਨੂੰ ਕੰਪਲੇਂਟ ਦਿੱਤੀ ਆ ਉਹ ਥੋੜਾ ਰਹਿਣ ਵਾਲਾ ਪ੍ਰਦੀਪ ਦਾ ਮਾਲ ਮਾਜੀ ਪ੍ਰਦੀਪ ਕੁਮਾਰ ਦੇ ਦਿੱਤੀ ਤਖਾ ਤੇ ਕਿੰਨੇ ਪੈਸੇ ਇਹਨਾਂ ਕੋਲੋਂ ਪ੍ਰਦੀਪ ਕੁਮਾਰ ਕੋਲੋਂ ਪਾਏ ਇਹ ਪੈਸੇ ਚੇਂਜਿੰਗ ਦਾ ਕੰਮ ਕਰਦੇ ਆ ਜੀ ਉਹ 3000 ਰੁਪਇਆ ਪਾਇਆ ਆਪਣੇ ਅਕਾਊਂਟ ਦੇ ਵਿੱਚ ਸਾਈਬਰ ਕ੍ਰਾਈਮ ਦਾ ਮੈਟਰ ਆ ਇਹ ਤਾਂ ਹੋ ਸਕਦਾ ਕਮਰਾ ਇਹ ਕੰਪਲੇਂਟ ਜਿਹੜੀ ਸਾਈਬਰ ਕ੍ਰਾਈਮ ਭੇਜਾਂਗੇ ਜਿਹੜੇ ਲੜਕੇ ਨੇ ਪਾਇਆ ਦਾ ਕੀ ਨਾਂ ਤੇ ਕਿੱਥੋਂ ਦਾ ਰਹਿਣ ਵਾਲਾ ਉਹ ਦਿੱਲੀ ਦਾ ਰਹਿਣ ਵਾਲਾ ਉਹ ਲੜਕਾ ਪੁੱਛਦੇ ਨਾਂ ਨੂੰ ਉਹਦਾ ਕੀ ਐਡਰੈਸ ਪ੍ਰੋਪਰ ਇਹ ਆਏ ਹੀ ਆ ਉਹ ਜੋ ਤੂੰ ਉਹਦੇ ਬਾਰੇ ਸਾਰਾ ਕਲੀਅਰ ਕਰੇ ਦੱਸਾਂਗੇ